ਮਾਰ ਕੇ ਉਡਾਰੀਆਂ ਤਿੱਤਰ ਕਦੇ ਬਾਜ ਨੀ ਬਣਦੇ, ਬੋਲ ਮੇਰੇ ਜਾਂ ਧੱਕਦੇ ਕੋਲੇ, ਕਹਿੰਦੇ ਤੇਰੇ ਅਜਿਹੇ ਅਲਫਾਜ ਨੀ ਬਣਦੇ। ਬੱਲਿਆ ਸੁਣ ਕੇ ਚਰਨਾ ਹੱਟ ਜੀ ਉੱਠ ਜੂ, ਜਿਹੜੇ ਹਾਲਾਤਾਂ ਨਾਲ ਭੜਕੇ ਆਏ ਆ, ਟੁੱਕੇ ਤਾਂ ਨੇੜੇ ਤੇੜੇ ਨੀ, ਇੱਥੋਂ ਤੱਕ ਗੋਡਿਆਂ ਦੀ ਉਹੀ ਹੋਈ ਗੱਲ, ਰੀਤ ਦੁਨੀਆ ਦੀ ਚੇਂਜ ਹੋਈ, ਭੱਲੇ ਸੀਗਾ ਸਾਈਕਲ ਤੇ ਸਾਈਕਲ ਤੋਂ ਰੇਂਜ ਹੋਈ, ਮਾਰਦੀ ਆ ਗੱਲਾਂ। ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚਾਚਾ ਸੁਨੀਰੀ ਤੇ। ਦੋਸਤੋ, ਸਿੱਧੂ ਮੂਸੇਵਾਲਾ ਬਾਰੇ ਦੋ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ। ਦੋਸਤੋ, ਜਦੋਂ ਦੀ ਬਰਾਊਨ ਬੋਇਸ ਅਤੇ ਸਿੱਧੂ ਮੂਸੇਵਾਲ ਦੀ ਕੰਟਰੋਵਰਸੀ ਹੋਈ ਹੈ, ਉਦੋਂ ਤੋਂ ਬਰਾਊਨ ਬੋਇਸ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਧੂ ਨੂੰ ਅਪਲਾਈ ਕਰਦੇ ਰਹਿੰਦੇ ਹਨ। ਦੋਸਤੋ, ਸਿੱਧੂ ਮੂਸੇਵਾਲ ਦਾ ਗੇਮ ਗਾਣਾ ਜੋ ਕਿ ਰਿਲੀਜ਼ ਹੋ ਚੁੱਕਿਆ ਹੈ ਅਤੇ ਰਿਲੀਜ਼ ਹੋਣ ਦੇ ਨਾਲ ਹੀ ਕਾਫੀ ਸਾਰੇ ਰਿਕਾਰਡਸ ਵੀ ਤੋੜ ਚੁੱਕਿਆ ਹੈ। ਦੋਸਤੋ, ਉੱਥੇ ਹੀ ਦੂਜੇ ਪਾਸੇ ਪੰਜਾਬੀ ਮੀਡੀਆ ਹਬਨਾਮੀ ਇੰਸਟਾ ਪੇਜ ਨੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਸਨੇ ਪੁੱਛਿਆ ਹੈ ਕਿ ਗੇਮ ਗਾਣਾ ਕਿਵੇਂ ਦਾ ਲੱਗਿਆ। ਉਸ 'ਤੇ ਸਨੀ ਮੋਲਟਨ ਨੇ ਕਮੈਂਟ ਕੀਤਾ ਹੈ ਕਿ ਗਾਰਬੇਜ, ਜਾਣੀ ਕਿ ਬੇਕਾਰ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਇਸ ਗਾਣੇ 'ਤੇ 2 ਘੰਟੇ ਵਿੱਚ ਹੀ 5 ਲੱਖ ਜਾਣੀ ਕਿ 500,000 ਤੋਂ ਵੀ ਜ਼ਿਆਦਾ ਕਮੈਂਟ ਹੋ ਚੁੱਕੇ ਹਨ ਅਤੇ ਸਿੱਧੂ ਮੂਸੇਵਾਲ ਦੇ ਫੈਨਸ ਵੱਲੋਂ ਇਸ 'ਤੇ 2 ਮਿਲੀਅਨ ਕਮੈਂਟ ਕਰਨ ਦਾ ਟਾਰਗੇਟ ਹੈ ਜੋ ਕਿ ਜਲਦ ਹੀ ਪੂਰਾ ਹੁੰਦਾ ਲੱਗਦਾ ਹੈ। ਦੋਸਤੋ, ਚੱਲਦੇ ਹਾਂ ਅੱਜ ਦੀ ਦੂਜੀ ਅਪਡੇਟ ਵੱਲ। ਦੋਸਤੋ, ਜਿਵੇਂ ਕਿ ਪਿਛਲੇ ਕਾਫੀ ਦਿਨਾਂ ਤੋਂ ਸਿੱਧੂ ਮੂਸੇਵਾਲਾ ਅਤੇ ਬੱਬੂ ਮਾਨ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ, ਉੱਥੇ ਹੀ ਉਹਨਾਂ ਦੇ ਫੈਨਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਠੋਕ ਕੇ ਅਪਲਾਈ ਕਰ ਰਹੇ ਹਨ। ਦੋਸਤੋ, ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਡਾਕਟਰ ਗਾਣੇ 'ਤੇ 1.2 ਮਿਲੀਅਨ ਕਮੈਂਟ ਹੋ ਚੁੱਕੇ ਹਨ ਅਤੇ ਉਮੀਦਾਂ ਲਗਾਈਆਂ ਜਾ ਰਹੀਆਂ ਸੀ ਕਿ ਇਹ ਰਿਕਾਰਡ ਕੋਈ ਨਹੀਂ ਤੋੜ ਸਕਦਾ, ਪਰ ਉੱਥੇ ਹੀ ਬੱਬੂ ਮਾਨ ਦੇ ਅੜ ਪੰਜਾਬੀ ਸੌਂਗ ਨੇ ਇਹ ਰਿਕਾਰਡ ਤੋੜ ਦਿੱਤਾ ਹੈ ਅਤੇ ਬੱਬੂ ਮਾਨ ਦੇ ਅੜ ਪੰਜਾਬੀ ਸੌਂਗ 'ਤੇ 1.3 ਮਿਲੀਅਨ ਕਮੈਂਟ ਹੋ ਚੁੱਕੇ ਹਨ, ਜਿਸ ਤੋਂ ਇਹ ਲੱਗਦਾ ਹੈ ਕਿ ਇਹਨਾਂ ਦੇ ਫੈਨਸ ਵੀ ਇੱਕ ਦੂਜੇ ਨੂੰ ਠੋਕ ਕੇ ਅਪਲਾਈ ਕਰ ਰਹੇ ਹਨ ਅਤੇ ਕਮੈਂਟਸ ਰਾਹੀਂ ਆਪਣੇ ਆਪਣੇ ਪਸੰਦੀਦਾ ਸਿੰਗਰ ਨੂੰ ਅੱਗੇ ਲੈ ਕੇ ਆ ਰਹੇ ਹਨ। ਤਾਂ ਦੋਸਤੋ, ਤੁਹਾਨੂੰ ਕੀ ਲੱਗਦਾ ਇਸ ਟਾਈਮ ਪੰਜਾਬੀ ਇੰਡਸਟਰੀ ਦਾ ਕਿੰਗ ਕੌਣ ਹੈ? ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦਿਓ ਅਤੇ ਇਹੋ ਜਿਹੀਆਂ ਹੋਰਨਾਂ ਖਬਰਾਂ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ। ਕਹਿੰਦਾ ਬਰਾਬਰੀ ਦੀ ਗੱਲ ਛੱਡ, ਰੀਸ ਵੀ ਨਹੀਂ ਕਰੀ ਜਾਂਦੀ, ਉਹ ਜੱਟ ਦੀ ਪੱਟ ਤੇ ਮਾਰੀ ਥਾਪੀ ਨਹੀਂ ਜਰੀ ਜਾਂਦੀ, ਹਲੇ ਤਾਂ ਇੰਡਸਟਰੀ ਨੂੰ ਲਾਇਆ, ਜਦੋਂ ਵੈਰੀਆਂ ਨੂੰ ਲਾਇਆ ਫਿਰ ਕੀ ਕਰੋਗੇ? ਕਮੈਂਟਾਂ ਵਿੱਚ ਪੁੱਤ ਇੰਨੀ ਗਾਲ ਵਰਨੀ, ਸਾਰੀ ਰਾਤ ਜਾ ਕੇ ਡਿਲੀਟ ਕਰੋਗੇ।